ਪੂਰੇ ਜੱਗ ਵਿੱਚ ਵਸਦੇ ਹੋਏ ਪੰਜਾਬੀ ਪਿਆਰਿਓ ਕਿਸਾਨ ਬਾਜਵਾ ਇੱਕ ਨਵੇਂ ਜੱਟ ਕਬੀਲੇ ਦੀ ਵੀਡੀਓ ਲੈ ਕੇ ਤੁਹਾਡੀ خدمت ਹਾਜ਼ਰ ਅੱਜ ਜਿਸੀ ਤੁਹਾਡੇ ਨਾਲ ਗੱਲ ਕਰ ਰਿਹਾ ਜੇਠਲ ਜੱਟ ਕਬੀਲਾ ਇਹ ਜਿਹੜਾ ਬਹੁਤ ਪੁਰਾਣਾ ਕਬੀਲਾ ਤੇ ਕਬਲ ਮਸੀਤੀ ਕਰੇ ਦੀ ਜਿਹੜੀ ਹੋਂਦ ਸਾਬਤ ਹੁੰਦੀ ਹੈ ਜੇਠਲ ਸੂਰਜਵੰਸੀ ਜੱਟਾਂ ਦੀ ਨਸਲੋਂ ਮੱਲੀ ਦੇ ਪੁੱਤਰ ਸ਼ਜਰਾ ਦਾ ਪੋਤਰਾ ਅਤੇ ਸਿੰਧ ਵਿਲਾਇਤ ਜੱਟ ਦੇਸ਼ ਦਾ ਨਾਮੀ ਕਬੀਲਾ ਇਹ ਸਾਰਾ ਨਤਾਰਾ ਅਸੀਂ ਵੀਡੀਓ ਦੇ ਅਖੀਰ ਤੇ ਇਸ ਕਬੀਲੇ ਦਾ ਸ਼ਿਜਰਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆਂ ਕਰ ਦੇਾਂਗੇ ਹੁਣ ਅਸੀਂ ਵੇਖਦੇ ਹਾਂ ਕਿ ਜੇਠਲ ਜੱਟ ਕਬੀਲਾ ਦਾ ਜ਼ਿਕਰ ਤਾਰੀਖੀ ਤਸਕਰਿਆਂ ਵਿੱਚ ਕਿੱਥੇ-ਕਿੱਥੇ ਤੇ ਕਿਵੇਂ-ਕਿਵੇਂ ਕੀਤਾ ਹੋਇਆ ਮਿਲਦਾ ਹੈ ਗਲੈਸਰੀ ਆਫ ਟ੍ਰਾਈਬਸ ਐਂਡ ਕਾਸਟਸ ਅੰਦਰ ਈਡੀ ਮੈਕਲੇਗਨ ਅਤੇ ਐਚ ਏ ਰੂਜ਼ ਨੇ ਜੇਠਲ ਦੇ ਸਰਨਾਮੇ ਹੇਠ ਜੇਠਲ ਜੱਟ ਕਬੀਲੇ ਬਾਰੇ ਇੰਜ ਜਾਣਕਾਰੀ ਸਾਂਝੀ ਕੀਤੀ ਹੈ ਗੇਠਲ バス ਜੇਲਮ ਅਤੇ ਲਿਲਾ ਦੇ ਇਲਾਕੇ ਵਿੱਚਕਾਰ ਜੇਲਮ ਥਲ ਵਿੱਚ ਮਿਲਣ ਵਾਲਾ ਇੱਕ ਨਿਕਾ ਜਿਹਾ ਕਬੀਲਾ ਬਲਕਿ ਕਬੀਲਕ ਹੈ ਅਤੇ ਇੱਕ ਕਬੀਲਾ ਪੱਟੀ ਜਿਹੜਾ ਹੋਂ ਦਾ ਦਾਵਾ ਕਰਦਾ ਪਰ ਉਹਨਾਂ ਦਾ ਸ਼ਿਜਰਾ ਪੁੱਟਾ ਨਾਲ ਮਿਲਦਾ ਜਿੰਨੇ 12 14 ਪੁਸ਼ਤਾ ਅਗਦੂ ਗੌਰ ਦੇ ਬਾਦਸ਼ਾਹ ਦੀ ਸਾਲੀ ਨਾਲ ਵਿਆਹ ਕਰਾਇਆ ਸੀ ਪਰ ਬਾਦਸ਼ਾਹ ਨੇ ਪੁੱਟਾ ਅਤੇ ਉਹਦੇ 21 ਪੁੱਤਰਾਂ ਨੂੰ ਬਾਹਰ ਵੱਲ ਟਿਕ ਦਿੱਤਾ ਸੀ ਮੁਰ ਜੇਠਲ ਨੇ ਜੇਲਮ ਦਰਿਆ ਪਾਰ ਕੀਤਾ ਤੇ ਰੱਤਾ ਜਾਂ ਰੱਤਾ ਪਿੰਡ ਵਿੱਚ ਵੱਸ ਗਿਆ ਜਿਹਦੇ ਖੋਲੇ ਜਿਹੜੇ ਨੇ ਕੰਧਵਾਲ ਦੇ ਨੇੜੇ ਨੇ ਉਹ ਆਮ ਤੌਰ ਤੇ ਆਪੋ ਵਿੱਚ ਹੀ ਸਾਕਾਚਾਰੀ ਕਰਦੇ ਨੇ ਤੇ ਕਦੀ ਕਦਾਈ ਉਹ ਲਿਲਿਆਂ ਨਾਲ ਵੀ ਸਾਕਾਚਾਰੀ ਕਰ ਲੈਂਦੇ ਨੇ ਹੁਣ ਅਸੀਂ ਇਸ ਬਾਰੇ ਕੁਝ ਦੱਸਦੇ ਜਾਈਏ ਕਿ ਪਹਿਲਾਂ ਤਾਂ ਇਹ ਗੱਲ ਹੈ ਕਿ ਕਬੀਲਾ ਭੱਟੀ ਹੋਂਦਾ ਇਹ ਦਾਵਾ ਕਰਦੇ ਨੇ ਇਹ ਗੱਲ ਉਕੀ ਗੱਲ ਤੇ ਕਿ ਭੱਟੀ ਜੱਟ ਧਰੂ ਚੰਦਰਵੰਸੀਏ ਜਦੋਂ ਕਿ ਜੇਠਲ ਸੂਰਜਵੰਸੀ ਨਸਲ ਦੇ ਜੱਟ ਨੇ ਅੱਗੇ ਇਸ ਤਜ਼ਕਿਰੇ ਵਿੱਚ ਲਿਖਿਆ ਹੋਇਆ ਹੈ ਕਿ ਜੇਠਲ ਜੱਟਾਂ ਦਾ ਸ਼ਿਜਰਾ ਭੁੱਟਾ ਜੱਟਾਂ ਨਾਲ ਮਿਲਦਾ ਪਰ ਇਹ ਗੱਲ ਅੱਧੀ ਠੀਕ ਹੈ ਅਤੇ ਜੇਠਲ ਪੁੱਟਾ ਦਾ ਪੁੱਤਰ ਨਹੀਂ ਸਗੋ ਉਹਦਾ ਪਤਰੀਆ ਸੀ ਅਤੇ ਮੱਲੀ ਜੱਟ ਦੇ ਪੰਜ ਪੁੱਤਰਾ ਪੁੱਟਾ ਢਾਰ ਨਾਇਚ ਸ਼ਜਰਾ ਤੇ ਲੰਗਾ ਵਿੱਚੋਂ ਇਹ ਸ਼ਜਰਾ ਦਾ ਪੋਤਰਾ ਸੀ। ਚਕਵਾਲ ਦੇ ਵਾਸੀ ਮੁਹੰਮਦ ਅਲੀਆਸ ਜੇਠਲ ਉਹ ਆਪਣੇ ਕਬੀਲੇ ਦੇ ਪਿੰਡਾਂ ਦੇ ਨਾਂ ਇੰਜ ਦੱਸੇ ਬਈ ਇਹ ਕਬੀਲਾ ਪਿੰਡ ਦਾਦਨ ਖਾਨ ਤਹਿਸੀਲ ਅੰਦਰ ਲਿਲਾ ਕਸਬਾ ਵਿੱਚ ਇਹ ਕਾਫੀ ਲੋਕ ਵਸਦੇ ਨੇ ਉਥੇ ਪਿੰਡ ਜੇਠਲ ਏ ਫੇ ਟੁੱਡੀਆਂ ਦੇ ਲਾਗੇ ਵੀ ਜੇਠਲ ਪਿੰਡ ਹੈ ਹੋਰ ਵੀ ਇਲਾਕੇ ਚ ਜੇਠਲ ਜਿਹੜੇ ਨੇ ਖਿਲਰੇ ਹੋਏ ਨੇ ਥੋਹਾ ਬਹਾਦਰ ਪਿੰਡ ਵਿੱਚ ਵੀ 100 ਘਰ ਜੇਠਲ ਜੱਟਾਂ ਦੇ ਨੇ ਇਸ ਇਲਾਕੇ ਚ ਉੱਠ ਕੇ ਕੋਈ ਲੋਕੀ ਸਰਗੋਧੇ ਵਿੱਚ ਦੀ 12 ਵਿੱਚ ਵੀ ਜਾ ਕੇ ਜਦੋਂ 12 ਬਾਦ ਹੋਈਆਂ ਨੇ ਵਸੇ ਸਨ ਇਸ ਤੋਂ ਅੱਡ ਪਿੰਡ ਮੁੰਡੇ ਵਿੱਚ ਵੀ ਜੇਠਲ ਜੱਟਾਂ ਦੇ 100 ਤੋਂ ਵੱਧ ਘਰ ਨੇ ਇਸ ਤੋਂ ਇਹਦੇ ਨਾਲ ਨਾਲ ਜੇਠਲ ਜੱਟ ਪੂਰੇ ਸਿੰਧ ਵਿਲਾਇਤ ਜੱਟ ਦੇਸ਼ ਅੰਦਰ ਖਿਲਰੇ ਹੋਏ ਨੇ ਤੇ ਸਰਗੋਦਾ ਖੁਸ਼ਾਬ ਤੇ ਬਹਾਵਲਪੁਰ ਰਹੀਮੀਆਰ ਖਾਨ ਤੇ ਚੋਲਸਤਾਨ ਦੇ ਵਿੱਚ ਵੀ ਇਹ ਵਸਦੇ ਨੇ ਇਹ ਲੋਕ ਤਗੜੇ ਜਾਗੀਰਦਾਰ ਵੀ ਨੇ ਹੁਣ ਅਸੀਂ ਤੁਹਾਡੇ ਨਾਲ ਜੇਠਲ ਜੱਟ ਕਬੀਲੇ ਦਾ ਉਹ ਕੁਰਸੀਨਾਮਾ ਜਿਹੜਾ ਸਾਂਝਾ ਕਰਦੇ ਹਾਂ ਜੋ ਮੀਰਪੁਰ ਮਥੇਲਾ ਦੇ ਆਰੀਆ ਡਾਕਟਰ ਲਾਲ ਬਖਸ਼ ਨਾਇਚ ਮੱਲੀ ਜੱਟ ਨੇ ਸਾਡੇ ਨਾਲ ਸਾਂਝਾ ਕੀਤਾ ਉਸ ਸ਼ਿਜਰੇ ਮੁਤਾਬਕ حضرت ਆਦਮ علیہ ਸਲਾਮ ਤੋਂ ਚੋਖਾ ਗੇਰੇ ਜਾ ਕੇ ਨਾ ਹੁੰਦਾ حضرت ਨੂਹ علیہ ਸਲਾਮ ਹੋਰਾਂ ਦਾ ਜਿਨ੍ਹਾਂ ਨੂੰ ਹਿੰਦੀ ਵਿੱਚ ਮੰਨੂ ਯਾਨੀ ਦੂਸਰਾ ਮੰਨੂ ਆਖਿਆ ਗਿਆ ਅਗੋ حضرت ਨੂਹ علیہ السلامਪੁਰਾਂ ਦੇ ਪੁੱਤਰ ਹੋਏ ਜੀ ਸਾਬ ਦੂਜਾ ਪੁੱਤਰ ਸੀ ਹਾਮ ਯਾਫਸ ਕਨਾਨ ਯਰਨ ਹਰ ਹਰ ਤੇ ਅਜਬ ਇਹਨਾਂ ਦੇ ਵਿੱਚੋਂ ਕਨਾਨ ਯਰਨ ਹਰ ਹਰ ਤੇ ਅਜਬ ਜਿਹੜੇ ਚਾਰ ਸੰਦਾਂ ਜੀ ਇਹ ਮਾਵਾਇਲਾ ਵਿੱਚੋਂ ਸਨ ਔਰ ਇਹ ਚਾਰੇ ਜਿਹੜੇ ਨੇ ਇਹ حضرت ਨੂਹ علیہ السلام ਦੀ ਇਹਨਾਂ ਗੱਲ ਨਾ ਮੰਨੀ ਔਰ ਉਹਨਾਂ ਦੇ ਆਖੇ ਨਾ ਲੱਗੇ ਉਹਨਾਂ ਦੇ ਗੁਸਤਾਖ ਸਨ ਇਸ ਪਰਉ ਸੜੇ ਆਪਣੀ ਮਾਂ ਦੇ ਇਹ ਜਿਹੜਾ ਤੂਫਾਨ ਦੇ ਨੂਹ ਸੀ ਉਹਦੇ ਚ ਗਰਕ ਹੋ ਗਏ ਮੁਰਗੇ حضرت ਨੂਹ ਦੇ ਪੁੱਤਰ ਸ਼ਾਮ ਦੀ نسل ਜਿਹੜੀ ਇਹ ਸਾਮੀ ਸਦਾਈ ਤੇ ਉਹ ਏਸ਼ੀਆ ਦੇ ਮੁਲਕਾਂ ਦੇ ਵਿੱਚ ਵਸ ਗਈ ਹਾਮ ਦੀ ਆਲੋਲਾਦ ਅਫਰੀਕਾ ਵਿੱਚ ਜਾ ਵਸੀ ਤੇ ਤੀਜੇ ਪੁੱਤਰ ਯਾਫਸ ਦੀ ਔਲਾਦ ਜਿਹੜੀ ਇਹ ਤੁਰਕੀ ਚੀਨ ਤੇ ਯੂਰਪ ਦੇ ਕੁਝ ਮੁਲਕਾਂ ਵਿੱਚ ਜਾ ਵਸੀ ਅਗੋ حضرت ਨੂਹ ਦੇ ਪੁੱਤਰ ਸ਼ਾਮ ਦੀ ਔਲਾਦ ਵਿੱਚ ਪੁੱਤਰ ਹੋਏ ਜੀ ਅਰਫਖਾ ਸਿੰਧ ਸਿੰਧ ਤੇ ਈਸ਼ਵਰ ਜਿਹਦਾ ਦੂਜਾ ਨਾਮ ਹਿੰਦਵੀ ਸੀ ਆਰਾਮ ਅਸਵਰ ਲੂਦ ਬਲਕਾਨ ਸਮਾਨ ਕਨਾਨ ਤੇ ਲਾਵਰ ਅਗੂ ਅਰਫਖਾ ਸਿੰਧ ਦੇ ਪੁੱਤਰ ਹੋਏ ਸਖਰ ਭਖਰ ਠੱਟਾ ਹੂਲ ਹਰਮੇਸ਼ ਅਮਰ ਡਾਗਰ ਡਾਗਰ ਜਿਹੜਾ ਇਹ ਗੈਰ ਆਰੀ ਨਸਲ ਸੀ ਜਲੂਦਰ ਜਸ਼ਰ ਐ ਯਾਸ਼ਰ ਦਾ ਦੂਜਾ ਨਾਮ ਲਾਉਜ਼ਰ ਵੀ ਸੀ ਇਹ ਸਮੂਦ ਦੀ ਜਿਹੜੀ ਕੌਮ ਹੈ ਉਹ ਇਹਨਾਂ ਦੇ ਵਿੱਚੋਂ ਨਿਕਲੀ ਅਗਲਾ ਪੁੱਤਰ ਸੀ ਗੁਜਰਾਤ ਗਾਰਾ ਜਿਹਦਾ ਦੂਜਾ ਨਾਮ ਹੜੱਪਾ ਵੀ ਸੀ ਟੈਕਸਲਾ ਹੰਡ ਸਵਾਬੀ ਸ ਹੰਡ ਦਾ ਦੂਜਾ ਨਾਮ ਸਵਾਬੀ ਵੀ ਸੀ ਤੇ ਆਸਾਮ ਤਾਮਲੀ ਜਿਹਦੇ ਤੋਂ ਤਾਮਲ ਕੌਮ ਜਿਹੜੀ ਹੈ ਉਹ ਬਣੀ ਮੂਲਾ ਜਿਹਦੇ ਮਲਤਾਨ ਜਿਹਦੇ ਨਾਂ ਤੋਂ ਵਸਿਆ ਤੇ ਕਸ਼ੇਪੁਰਾ ਵੀ ਮਲਤਾਨ ਦਾ ਨਾਂ ਸੀ ਮੀਜ਼ੂਰਾ ਤੇ ਮਕਰਾਨ ਜਿਹਦੇ ਤੋਂ ਦੂਜਾ ਨਾਮ ਮਕਾਨ ਵੀ ਹੈ ਮਕਰਮਾਨ ਸਰਵਾਈ ਤੇ ਇਰਮ ਹਨਵਾਦਰ ਇਹ ਗੁਆਦਰ ਕੀਕਾਂਦ ਕਲਾਤ ਖੁਜ਼ਦਾਰ ਸੀਸ ਇਹ ਸਾਰੇ ਜਿਹੜੇ ਪੁੱਤਰੇ ਦੇ ਹੋਏ ਅਗੋਂ ਇਹਨਾਂ ਵਿੱਚੋਂ ਇਰਮ ਜਿਹੜਾ ਸੀ ਉਹਦਾ ਪੁੱਤਰ ਰੂਜ਼ ਹੋਇਆ ਤੇ ਉਸ ਦਾ ਫੇਰ ਇਰਮ ਹੋਇਆ ਇਰਮ ਦਾ ਪੁੱਤਰ ਹੋਇਆ ਆਦ ਜਿਹਦੀ ਮੋਹਨ ਜਿਹੜਾ ਸੀ ਮੋਹਨ ਦਾ ਦੜਾ ਜਿਹਨੂੰ ਮਹਿੰਜੋ ਦਾੜੋਂ ਆਂਦੇ ਨੇ ਉਹ ਜਿਹਨੇ ਉਹਨੇ ਬਸਾਇਆ ਸੀ ਜਿਹੜੀ ਕੌਮ ਨੇ ਉਹਨਾਂ ਦਾ ਵਟਕਾ ਆਦ ਸੀ ਅੱਗੋਂ ਆਦ ਦੇ ਪੁੱਤਰ ਹੋਏ ਜੀ ਜਲੂਦ ਸਹਰੀਬ ਨਮਰੂਦ ਦੀ ਨਸਲ ਸੀ ਸਹਰੀਬ ਨੇ ਸਹਰੀਬ ਦੀ ਲਾਤ ਜਿਹੜੀ ਹੈ ਨਾ ਨਮਰੂਦ ਦੀ ਨਸਲ ਸੀ ਪਤਣ ਕਾਹੂ ਜੁਕਰ ਡਿੱਗੀ ਅਰੋੜ ਦੁਹਾਗਾ ਰੋੜਕਾ ਟਾਕਾ ਸ਼ਦਾਦ ਸ਼ਦੀਦ ਬਾਲਾ ਮਹਿਰਤ ਮੇਰਗੜ ਬਣਿਆ ਤੇ ਸੁਹਾਗਾ ਅੱਗੋਂ ਜਲੂਦ ਦਾ ਪੁੱਤਰ ਹੋਇਆ ਜੀ ਬਾ ਤੇ ਬਾਦ ਆ ਪੁੱਤਰ ਵਿਸ਼ਨੂ ਵੇਸ ਤੇ ਵਿਸ਼ਨੂ ਵੇਸ ਦੇ ਪੁੱਤਰ ਹੋਏ ਨੇ حضرت ਹੂਦ ਲੈ ਸਲਾਮ ਇਹਨਾਂ ਦਾ ਹਿੰਦੀ ਵਿੱਚ ਨਾਂ ਗੋਰਖੀ ਇਹ ਰਸੂਲ ਵੀਸਲ ਅੱਗੋਂ حضرت ਹੂਦ ਲੈ ਸਲਾਮ ਹੋਰਾਂ ਦੇ ਪੁੱਤਰ ਹੋਏ ਜੀ ਅਰੜ ਇਹ ਹਰੀੜ ਦਾ ਕਿਲਾ ਇਹਨਾਂ ਦੇ ਨਾਂ ਤੋਂ ਦਾਦੂ ਦੇ ਵਿੱਚ ਆਕਾਰ ਸਫੋਟੂ ਚਾ ਤੇ ਦੂਜਾ ਪੁੱਤਰ ਸੀ ਗੱਬਰ ਅਗਲਾ ਪੁੱਤਰ ਬੱਬਰ ਉਦੋਂ ਅਗਲਾ ਪੁੱਤਰ ਤੰਦੂਰ ਉਦੋਂ ਅਗਲਾ ਪੁੱਤਰ ਬਰਬਰਾ ਤੇ ਉਦੋਂ ਅਗਲਾ ਪੁੱਤਰ ਹੇਮ ਅੱਗੋਂ ਬਰਬਰਾ ਦੇ ਪੁੱਤਰ ਹੋਏ ਅਬਰੂ ਅਬਰ ਤੇ ਅਬਰੀਨ ਮੁਰ ਕੇ ਅਬਰੂ ਦਾ ਪੁੱਤਰ ਕਹਿਤਾਨ ਹੋਇਆ ਕਹਿਤਾਨ ਦੇ ਅੱਗੋਂ ਪੁੱਤਰ ਹੋਏ ਯਕਤਾਨ ਫਲਜ ਸਲਜ ਤੇ ਯਰਬ ਇਹ ਜਿਹੜੇ ਪੁੱਤਰ ਹੋਏ ਇਹਨਾਂ ਵਿੱਚੋਂ ਜਿਹੜੇ ਸੀ ਨਾ ਯਰਬ ਇਹ ਲੋਕ ਹਿਜਰਤ ਕਰਕੇ ਯਮਨ ਚਲੇ ਗਏ ਸਾਡੇ ਨਸਬਾ ਦੀ ਉੱਥੇ ਕੌਮ ਬਸਾਈ ਉੱਥੇ ਤਿੰਨ ਡੈਮ ਬਣਾਏ ਜਿਹੜੇ ਰੁੜ ਗਏ ਇਸੇ ਕੌਮ ਦੇ ਵਿੱਚੋਂ ਜਿਹੜੀ ਮਲਕਾ ਬਲਕੀਸ ਸੀ ਜਿਹੜੀ حضرت ਸੁਲੇਮਾਨ علیہ السلام ਦੀ بیوی ਸੀ ਔਰ ਜਿਹਦਾ ਜ਼ਿਕਰ ਕੁਰਾਨ ਪਾਕ ਕਿ ਚਾਹੁੰਦਾ ਹੈ ਉਹ ਅਗੂ ਯਕਤਾਨ ਜਿਹੜਾ ਹੈ ਉਹਦਾ ਪੁੱਤਰ ਹੋਇਆ ਸ਼ਾਰਖ ਮੰਬਾ ਤੇ ਮੰਬਾ ਦਾ ਪੁੱਤਰ ਹੋਇਆ ਨਾਹੂਰ ਨਾਹੂਰ حضرت ਇਹਨਾਂ ਦਾ ਦੂਸਰਾ ਨਾਮ حضرت ਈਯੂਬ علیہ السلام ਸੀ ਇਹਨਾਂ ਦਾ ਇਹ ਈਯੂਬ ਅਵਲ ਸਨ حضرت ਈਯੂਬ علیہ السلام ਵੀ ਤਿੰਨ ਹੋਏ ਨੇ ਔਰ ਇਹ ਪਹਿਲੇ حضرت ਈਯੂਬ ਸਾਰੇ ਮਲਤਾਨ ਦੇ ਬਾਦਸ਼ਾਹ ਵੀ ਸਨ ਤੇ ਰਸੂਲ ਵੀ ਸਨ ਬੂਰ ਗੇਟ ਦੇ ਅੰਦਰ ਮਲਤਾਨ ਇਹਨਾਂ ਦਾ ਜਿਹੜੀ ਨਗਜ਼ਿਆਂ ਦੀ ਕਬਰ ਹੈ ਉਹ ਅਸਲ ਵਿੱਚ ਇਹਨਾਂ ਦੀ ਕਬਰ ਹੈ ਅੱਗੋਂ حضرت ਈਯੂਬ ਅਲੈਹਿਸਲਾਮ ਹੋਰਾਂ ਦੇ ਪੁੱਤਰ ਹੋਏ ਜੀ ਸ਼ੱਬਰ ਤੇ ਬਸ਼ਰ ਸ਼ਬੀਰ ਬਸ਼ੀਰ ਖਾਰਾਨ ਖਾਰਾਨ ਜਿਹੜੇ ਸਾਡੇ ਅਮਮ ਸਾਇਰਾ ਦੇ ਵਾਲਦ ਸਨ ਤੇ ਤਾਰਖ ਤਾਰਖ ਜਿਹੜੇ ਨੇ حضرت ਇਬਰਾਹਿਮ ਅਲੈਹਿਸਲਾਮ ਦੇ ਵਾਲਦ ਸਨ ਤੇ ਆਜ਼ਰ ਅੱਗੋਂ ਤਾਰਖ ਦੇ ਪੁੱਤਰ ਹੋਏ ਜੀ حضرت ਇਬਰਾਹਿਮ ਤੇ ਫਾਉਰ ਫਾਉਰ ਜਿਹੜੇ ਨੇ حضرت ਹਕੀਮ ਲੁਕਮਾਨ ਹੋਰਾਂ ਦੇ ਵਾਲਦ ਸਨ ਤੇ ਨਾ ਹੂਰ ਨਾ ਹੂਰ ਦੇ ਦੋ ਪੁੱਤਰ ਹੋਏ ਲਜ਼ਮਾਨ ਤੇ ਨੀਤੋ ਈਲ ਤੇ ਅਗੋ ਲਜ਼ਮਾਨ ਦੀਆਂ ਦੋ ਧੀਆ ਰਾਹੀਲ ਤੇ ਲਈਆ ਹੋਈਆਂ ਜਿਹੜੀਆਂ Hazrat Yaqub Alai Salam ਦੀਆਂ ਬੀਵੀਆਂ ਸਨ ਤੇ ਅਗਲਾ ਪੁੱਤਰ ਸੀ ਹਾਰਾਨ ਇਹ Hazrat Lut Alai Salam ਹੋਰਾਂ ਦੇ ਬਾਪ ਸਨ Hazrat Ibrahim Alai Salam ਹੋਰਾਂ ਦੀਆਂ ਚਾਰ ਸਵਾਨੀਆਂ ਵਿੱਚੋਂ 13 ਪੁੱਤਰ ਤੇ ਦੋ ਧੀਆ ਹੋਈਆ ਮਾਈ ਸਾਇਰਾ ਵਿੱਚੋਂ Hazrat Ishaq Alai Salam ਹੋਏ ਇਹਨਾਂ ਨੂੰ ਅੰਗਰ ਸੀ ਭਗਵਾਨ ਵੀ ਆਖਿਆ ਗਿਆ ਮਾਈ ਹਾਜਰਾ ਵਿੱਚੋਂ حضرت ਇਸਮਾਈਲ علیہ السلام ਹੋਏ ਇਹਨਾਂ ਨੂੰ ਹਿੰਦੀ ਵਿੱਚ ਅਥਰੂ ਭਗਵਾਨ ਆਖਿਆ ਗਿਆ ਤੀਜੀ ਜਿਹੜੀ ਜ਼ਾਲ ਸੀ ਇਹਨਾਂ ਦੀ ਅੰਮਾ ਕਤੂਰਾ ਵਿੱਚੋਂ 6 ਪੁੱਤਰ ਤੇ ਧੀ ਲਾਲੀ ਬਾਈ ਹੋਈ ਤੇ ਚੌਥੀ ਨਨਾਨੀ ਇਹਨਾਂ ਦੀ ਅੰਮਾ ਹਾਜੀਆਂ ਵਿੱਚੋਂ ਇਹ 5 ਪੁੱਤਰ ਤੇ 1 ਧੀ ਲਬੂਦਾ ਬਾਈ ਹੋਈ ਅਗੋਂ حضرت ਇਸਮਾਈਲ علیہ السلام ਉਹਨਾਂ ਦੀਆਂ ਤਿੰਨ ਬੀਵੀਆਂ 'ਚੋਂ ਸਿਰਫ ਇੱਕੋ ਬੀਵੀ ਮਜ਼ਾਕ ਦੇ ਘਰ 12 ਪੁੱਤਰ ਹੋਏ ਤੇ ਇੱਕ ਧੀ ਬਿਸਵਾ ਹੋਈ ਜੋ حضرت ਇਸਹਾਕ علیہ السلام ਹੋਰਾਂ ਦੇ ਪੁੱਤਰ ਐਸੂ ਨਾਲ ਵਿਆਹੀ ਗਈ ਤੇ ਮੁੜ ਕੇ حضرت ਇਸਮਾਈਲ علیہ السلام ਹੋਰਾਂ ਦੇ ਮਸ਼ਹੂਰ ਪੁੱਤਰ ਹੋਏ ਨਿਆਬੂਤ ਜਿਨ੍ਹਾਂ ਦਾ ਦੂਜਾ ਨਾਮ ਕਿਰਨਵੀ ਸੀ ਮਿਸ਼ਾ ਜਿਨ੍ਹਾਂ ਨੇ ਮੁਕਾਬਾਦ ਕੀਤਾ ਕੀਦਾਰ ਜਿਹੜੇ ਨਬੀ ਪਾਕ ਸल्लल्लाहु अलैहि वसल्लम ਹੋਰਾਂ ਦਾ ਜਦੈ ਅਮਜਦ ਸਨ ਤੇ ਉਮੇਲ ਤੇ ਪਮੇਲ ਇਹਨਾਂ ਨੂੰ ਇਹਨਾਂ ਦੇ ਖਾਨਦਾਨ ਨੂੰ ਅਸਹਾਬੇ ਰਾਸ ਆਖਿਆ ਗਿਆ ਅਗੋਂ ਨਿਆਬੂਤ ਜਿਹੜਾ ਕਿਰਨਸੀ ਉਹਦਾ ਪੁੱਤਰ ਹੋਇਆ ਉਤਰੀ ਤੇ ਜਾਂ ਦਜਾਂ ਦਾ ਅਰਚੀ ਸੀ ਇਹ ਉਤਰੀ ਤੇ ਅਰਚੀ ਜਿਹੜੇ ਨੇ ਇਹ ਅਰਬ ਚੋਂ ਹਿੰਦੁਸਤਾਨ ਦੇ ਜੱਟ ਦੇਸ਼ ਵਿੱਚ ਸਿੰਧ ਵਿਲਾਇਤ ਜੱਟ ਦੇਸ਼ ਵਿੱਚ ਪਰਤ ਕੇ ਇਹ ਖਾਨਦਾਨ ਇੱਥੇ ਆਪਣੀ ਜੱਦੀ ਜ਼ਮੀਨ ਜਿਹੜੀ ਤਰਤੀ ਸੀ ਉੱਥੇ ਆ ਗਿਆ ਅਗੋਂ ਉਤਰੀ ਦੇ ਤਿੰਨ ਪੁੱਤਰ ਹੋਏ ਵਰੂਨ ਜਿਹਦਾ ਜਦੀ ਨਸਲ ਚ ਜਮਗਦਨੀ ਤੇ ਪਰਸਰਾਮ ਹੋਇਆ ਜਿਹੜਾ ਹਿੰਦੂਆਂ ਦਾ 6ਵਾਂ ਅਵਤਾਰ ਸੀ ਦੁੱਧਿਆ ਪੁੱਤਰ ਹੋਇਆ ਨਰੀ ਜਿਹਦੀ ਨਸਲੋਂ ਜੱਟਾਂ ਦਾ ਸੂਰਜ ਬੰਸੀ ਕਬੀਲਾ ਚੱਲਿਆ ਤੇ ਤੀਜਾ ਪੁੱਤਰ ਹੋਇਆ ਚੰਦਰਮਾਨ ਜਿਹਦੀ ਨਸਲੋਂ ਚੰਦਰ ਬੰਸੀ ਜੱਟਾਂ ਦਾ ਕਬੀਲਾ ਜਿਹੜਾ ਭੱਟੀ ਜੱਟਾਂ ਦੀ ਸ਼ਾਖ ਹੈ ਉਹ ਚੱਲੀ ਅੱਗੋਂ ਫਿਰ ਨਰੀ ਦਾ ਪੁੱਤਰ ਹੋਇਆ ਸੂਰਜ ਜਿਹਦੇ ਤੋਂ ਬਕਾਇਦਾ ਸੂਰਜ ਬੰਸੀ ਜਿਹੜਾ ਕਬੀਲਾ ਹੈ ਉਹਦੀ ਨਿਸਬਤ ਨਾਲ ਉਹਦੇ ਨਾਂ ਦੀ ਨਿਸਬਤ ਨਾਲ ਸੂਰਜ ਬੰਸੀ ਸਿਧਾਨ ਲੱਗ ਪਿਆ ਸੂਰੈ ਦਾ ਪੁੱਤਰ ਹੋਇਆ ਕਸ਼ੇਪ ਕਸ਼ੇਪ ਦਾ ਪੁੱਤਰ ਹੋਇਆ ਫਿਰ ਕਿਰਨ ਤੇ ਕਿਰਨ ਦਾ ਪੁੱਤਰ ਫਿਰ ਕਸ਼ੇਪ ਹੋਇਆ ਤੇ ਕਸ਼ੇਪ ਦਾ ਪੁੱਤਰ ਹੋਇਆ ਦਿਓਲ ਦਿਓਲ ਦੇ ਦੋ ਪੁੱਤਰ ਹੋਏ ਮੰਨੂ ਤੇ ਵੱਛਾ ਦਿਓਲ ਦੀ ਨਸਲੋਂ ਰਾਮਚੰਦਰ ਜੀ ਜਿਹੜੇ ਅਵਤਾਰ ਸਨ ਬੜੇ ਮਸ਼ਹੂਰ ਉਹ ਹੈ ਤੇ ਵੱਛਾ ਜਿਹੜਾ ਇਹ ਪਹਿਲਾ ਸੂਰਜ ਬੰਸੀ ਜੱਟ ਮਹਾਰਾਜਾ ਹੋਇਆ ਅਗੋ ਵੱਛੇ ਦਾ ਪੁੱਤਰ ਹੋਇਆ ਕਛਵਾ ਤੇ ਕਛਵੇ ਦਾ ਪੁੱਤਰ ਹੋਇਆ ਬੁੱਧ ਬੁੱਧ ਦਾ ਪੁੱਤਰ ਹੋਇਆ ਸ਼ਸ਼ਪਾਲ ਤੇ ਸ਼ਸ਼ਪਾਲ ਦਾ ਪੁੱਤਰ ਹੋਇਆ ਹਮਸਾ ਚਾਲਕ ਹਮਸਾ ਚਾਲਕ ਦਾ ਪੁੱਤਰ ਹੋਇਆ ਆਦੂ ਚਾਲਕ ਤੇ ਆਦੂ ਚਾਲਕ ਦਾ ਪੁੱਤਰ ਹੋਇਆ ਨਿਰਮਲ ਚਾਲਕ ਨਿਰਮਲ ਚਾਲਕ ਦਾ ਪੁੱਤਰ ਹੋਇਆ ਨਿਰਾਸ਼ਨਸ ਚਾਲਕ ਤੇ ਨਿਰਾਸ਼ਨਸ ਚਾਲਕ ਦਾ ਪੁੱਤਰ ਮਹਿੰਦਰ ਚਾਲਕ ਮਹਿੰਦਰ ਚਾਲਕ ਦਾ ਪੁੱਤਰ ਮਾਸ ਚਾਲਕ ਹੋਇਆ ਤੇ ਮਾਸ ਚਾਲਕ ਦਾ ਪੁੱਤਰ ਹੋਇਆ ਮਾਲਕੂ ਚਾਲਕ ਮਾਲਕੂ ਚਾਲਕ ਦਾ ਪੁੱਤਰ ਫਿਰ ਸੂਰਤ ਚਾਲਕ ਹੋਇਆ ਤੇ ਸੂਰਤ ਚਾਲਕ ਦਾ ਪੁੱਤਰ ਸੀ ਲੀਲਾ ਚਾਲਕ ਲੀਲਾ ਚਾਲਕ ਦਾ ਪੁੱਤਰ ਹੋਇਆ ਅਮਰਤ ਚਾਲਕ ਤੇ ਅਮਰਤ ਚਾਲਕ ਦਾ ਪੁੱਤਰ ਹੋਇਆ ਗਿਆਨ ਚਾਲਕ ਗਿਆਨ ਚਾਲਕ ਦਾ ਪੁੱਤਰ ਹੋਇਆ ਅਮਰ ਮੱਲ ਤੇ ਅਮਰ ਮੱਲ ਦਾ ਪੁੱਤਰ ਗੁਲਾਬ ਚਾਲਕ ਗੁਲਾਬ ਚਾਲਕ ਦਾ ਪੁੱਤਰ ਹੋਇਆ ਜੀ ਹਸ਼ਮਤ ਚਾਲਕ ਤੇ ਹਸ਼ਮਤ ਚਾਲਕ ਦਾ ਪੁੱਤਰ ਭੂਰਾ ਕਿਆ ਲਗ ਪੂਰਾ ਚਾ ਲਗਦਾ ਪੁੱਤਰ ਹੋਇਆ ਗਵਾ ਸੰਗ ਸੀਨ ਤੇ ਗਵਾ ਸੰਗ ਸੀਨ ਦਾ ਪੁੱਤਰ ਹੋਇਆ ਕਵਾ ਸੰਗ ਸੀਨ ਕਵਾ ਸੰਗ ਸੀਨ ਦਾ ਪੁੱਤਰ ਹੋਇਆ ਬਾਲਦਾ ਸੀਨ ਤੇ ਬਾਲਦਾ ਸੀਨ ਦਾ ਪੁੱਤਰ ਹੋਇਆ ਦੂਦੈਸ਼ੀ ਸੀਨ ਤੇ ਦੂਦੈਸ਼ੀ ਸੀਨ ਦਾ ਹੋਇਆ ਰੂਦੈਸ਼ੀ ਸੀਨ ਰੂਦੈਸ਼ੀ ਸੀਨ ਦਾ ਪੁੱਤਰ ਹੋਇਆ ਹਮਸਾ ਸੀਨ ਤੇ ਹਮਸਾ ਸੀਨ ਦਾ ਪੁੱਤਰ ਹੋਇਆ ਮੂਲ ਰਾਜ ਮੂਲ ਰਾਜ ਦੇ ਪੁੱਤਰ ਹੋਏ ਰਾਚਾਲਕ ਰਾਚੁਨੀਰ ਰਾਉਨੀਰ ਰਾ ਪੁਨੀਰ ਰਾ ਸੁਨੀਰ ਰਾ ਰੋਨੀਰ ਰਾ ਪਨਵਾਰ ਤੇ ਰਾਏ ਪਾਟਿਆ ਰਾ ਗੋਰਜਰ ਰਾ ਚਲੋਕ ਜਿਹਦਾ ਦੂਜਾ ਨਾਮ ਸਲੰਗੀ ਵੀ ਸੀ ਰਾ ਪਰਮਾਰ ਰਾ ਪ੍ਰਿਹਾਰ ਜਿਹਦਾ ਦੂਜਾ ਨਾਮ ਪਟਿਹਾਰ ਵੀ ਹੈ ਤੇ ਰਾ ਚਾਹੂਮਾਨ ਤਿਤਿਓ ਯਾ ਮੋਮਲ ਦੇਵੀ ਸੁਖਰ ਦੇਵੀ ਸਰਲ ਦੇਵੀ ਤੇ ਛਪੜ ਦੇਵੀ ਅੱਗੂ ਜਿਹੜਾ ਰਾਜ ਚਾਲਕ ਸੀ ਨਾ ਉਹਦਾ ਪੁੱਤਰ ਹੋਇਆ ਰਾਸ ਸੋਤਰਕ ਰਾਸ ਨਿਆਲੀ ਰਾਸ ਸੰਗਲੀ ਤੇ ਰਾ ਉਡਾਣਾ ਤੇ ਤਿਤਿਆ ਹੋਈਆਂ ਪਦਮਨੀ ਬਾਈ ਤੇ ਸੁందਰੀ ਬਾਈ ਅੱਗੂ ਰਾਸ ਸੋਤਰਕ ਜਿਹੜਾ ਨਾ ਜੀ ਇਹ ਅਜ਼ੀਮ ਜੱਟ ਸੀ ਜਿੰਨੇ ਯੂਨੀਵਰਸਿਟੀ ਬਣਾਈ ਟੈਕਸਿਲ ਦੇ ਲਾਗੇ ਸ਼ਾਸਤਰਕ ਵੀ ਇਹਨਾਂ ਦਾ ਨਾਮ ਸੀ ਸਰਕਬ ਵੀ ਇਹਨਾਂ ਦਾ ਨਾਮ ਸੀ ਇਨਾਂ ਦਾ ਸੋਤ੍ਰਿਕ ਦਾ ਪੁੱਤਰ ਹੋਇਆ ਸਰੋਇਆ ਰਾਜ ਤੇ ਮੰੰਬਾ ਰਾਜ ਤੇ ਪਸਨੀ ਜਾਂ ਪੁਨਖੀ ਰਾਜ ਤੇ ਸੈਰੋ ਰਾਜ ਬੁਪਾਇਆ ਰਾਜ ਬੁਪਾਇਆ ਜਿਹੜਾ ਇਹਦਾ ਨਾਂ ਭੂਪਾ ਵੀ ਸੀ ਭੂਪਣਾ ਵੀ ਸੀ ਵਡਾ올 ਵੀ ਸੀ ਇਹ ਸਾਡਾ ਬਾਜਵੇਂ ਦਾ ਵਟਕਾ ਸੀ ਤੇ 3 ਹੋਈਆ ਸੋਸ਼ਲ ਦੇਵੀ ਤੇ ਸਵਰਦਨ ਦੇਵੀ ਅੱਗੋਂ ਸਰੋਇਆ ਰਾਜ ਦੇ ਪੁੱਤਰ ਹੋਏ ਮਾਲਰਾਏ ਮੱਲੀ ਪਿੱਲਰ ਰਾ ਬੱਡਗਾਮ ਰਾ ਸੋਜਲਾ ਰਾ ਮੁੰਗਰਾ ਡਹਿਲਰਾਏ ਹੰਜਰਾ ਦਸੰਜਰਾ ਇਹਦਾ ਨਾਂ ਕਟੌਜ ਵੀ ਸੀ ਜਾਮਰਾ ਧਨਰਾ ਗਤਵਾਲਰਾ ਚੋੜਰਾ ਬੱਦਨਰਾ ਗੀਲੂਰਾ ਸਸੀਰਾ ਸੋਹਣਰਾ ਕੰਜਲਾਰਾ ਇਹ ਸਾਰੇ ਤੇ ਅੱਗੋਂ ਸੋਲਾ ਰਾ ਤੇ 3 ਹੋਈਆਂ ਮੋਰੀ ਦੇਵੀ ਸ਼ਾਸਤਰੀ ਦੇਵੀ ਲਖਣ ਦੇਵੀ ਤੇ ਗੰਗਾ ਦੇਵੀ ਅੱਗੋਂ ਮਾਲਰਾਏ ਦੇ ਘਰ ਪੁੱਤਰ ਹੋਏ ਰਾ ਪੁੱਟਾ ਰਾ ਡਾਰ ਰਾ ਨਾਇਚ ਰਾ ਸ਼ਜਰਾ ਤੇ ਰਾ ਲੰਗਾ ਤੇ 3ਾਂ ਹੋਈਆ ਗਿਆਨਰੀ ਦੇਵੀ ਸਰਸਤੀ ਦੇਵੀ ਤੇ ਪਦਮਣੀ ਦੇਵੀ ਅੱਗੋਂ ਰਾ ਸ਼ਜਰਾ ਜਿਹੜਾ ਉਹਦੇ ਪੁੱਤਰ ਹੋਏ ਲੱਲੂ ਇਹ ਵੀ ਜੱਟਾਂ ਦਾ ਕਬੀਲਾ ਸਲਾਣਾ ਹਜਰਾ ਇਹ ਹੰਜਰਾ ਨਹੀਂ ਹਜਰਾ ਮਰਗੜ ਜੇਠਾ ਸਠੀਆ ਸੰਦੇੜਾ ਕਚਾਲਾ ਸ਼ੇਖ ਸ਼ਜਰਾ ਤੇ ਸੀਰੀ ਤੇ ਭੌੜ ਅੱਗੋਂ ਜੇਠਾ ਦੇ ਪੁੱਤਰ ਹੋਏ ਜੀ ਜੇਠਲ ਤੇ ਬੂਠਾ ਅੱਗੋਂ ਜੇਠਲ ਦੇ ਪੁੱਤਰ ਹੋਏ ਬੋਦਲਾ ਸੂਦਾ ਸਵਾਇਆ ਬੂਠਾ ਤੇ ਸਾਵਾ ਜੇਠਾ ਬੂਠਾ ਸ਼ਹਿਰ ਵਿੱਚ ਜੇਠਲ ਦੀ ਮਜ਼ਾਰ ਵੀ ਏ ਔਰ اے سی ਪਿਆਰਿਓ ਜੇਠਲ ਜੱਟ ਕਬੀਲੇ ਦਾ ਅਹਵਾਲ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ